ਪਹਿਲੀ ਗੱਲ ਇਹ ਬਚ ਨਹੀਂ ਸਕਦੇ। ਬਾਦਲ ਕਾ ਟੱਬਰ ਇਹਨਾਂ ਦੀ ਕਿਤਾਬ ਹੈ ਜੇਲ੍ਹ ਚਿੱਠੀਆਂ। ਸੁਖਬੀਰ ਨੇ ਪੜ੍ਹਨੀਆਂ ਤਾਂ ਕੀ, ਉਹਨੂੰ ਪਤਾ ਵੀ ਨਹੀਂ ਵੀ ਜੇਲ੍ਹ ਚਿੱਠੀਆਂ ਕਿਤਾਬ ਹੈ ਕੋ ਨਹੀਂ, ਇਹ ਵੀ ਨਹੀਂ ਪਤਾ। ਸੁਖਬੀਰ ਦੀ ਅੱਖ, ਦਿਲ, ਹੱਥ ਅਤੇ ਦਿਮਾਗ ਇਹ ਚਾਰੇ ਜਦੋਂ ਚੀਜ਼ ਵਹਿੰਦੇ ਆ ਪਹਿਲਾਂ ਪੈਸੇ ਹੀ ਵਹਿੰਦੇ ਆ। ਨਹੀਂ ਅੱਜ ਤਾਈਂ ਹੋਇਆ ਕਿ PTC ਨੇ ਹੁਕਮਨਾਮਾ ਕੈਦ ਕਰ ਲਿਆ ਕੰਟਰੈਕਟ ਵਿੱਚ, ਅੱਜ ਤਾਈਂ ਕਦੇ ਹੋਇਆ ਹੁਕਮਨਾਮਾ ਕੈਦ? ਪੰਜਾਬ ਵਿੱਚ ਸਿੱਖਾਂ ਦੀਆਂ ਅਕਲਾਂ, ਸ਼ਕਲਾਂ, ਨਸਲਾਂ ਅਤੇ ਫਸਲਾਂ ਤਬਾਹ ਕਰਤੀਆਂ, ਇੱਥੇ ਦਿੱਲੀ 'ਚ ਤਬਾਹ ਕਰਨ ਨੂੰ ਫਿਰਦੇ ਆ, ਹੋਣੀਆਂ ਨਹੀਂ। ਆਪਦੇ ਘਰ ਵਾਲੇ ਦੇ ਸਹੁਰੇ ਨੂੰ ਕਹਿੰਦੀ ਬਾਪੂ ਜੀ ਆ ਕੇ ਦੇਖਿਓ, ਬੇਬਾ ਜੀ ਤੂੰ ਦੁੱਧ ਪੀਤਾ ਕਿ ਨਹੀਂ ਚੋਰੀ ਦਾ? ਉਹ ਕਹਿੰਦੀ ਮੈਂ 7 ਜਨਮ ਨਾ ਪੀਵਾਂ। ਉਹ ਕਹਿੰਦੀ ਬੇਬੇ ਇੱਕ ਤਾਂ ਜਿਹੜਾ ਬਾਲਟੀ ਜਿਹੜਾ ਡੱਬਾ ਜਿਹਾ ਦੁੱਧ ਵਾਲਾ ਉਹ 4 ਉਂਗਲਾਂ ਊਣਾ ਹੋਇਆ ਪਿਆ ਅਤੇ ਇੱਕ ਤੇਰੇ ਬੁੱਲਾਂ ਨੂੰ ਉਵੇਂ ਦੁੱਧ ਲੱਗਿਆ। ਉਹ ਕਹਿੰਦੀ ਨਹੀਂ ਨਹੀਂ ਨਹੀਂ। ਉਹ ਫਿਰ ਨੂੰ ਕਹਿੰਦੀ ਬੇਬੇ ਜੀ ਜੇ ਚੋਰੀ ਦਾ ਦੁੱਧ ਪੀਏ ਤਾਂ ਬੁੱਲ ਪੂੰਝ ਲਈਦੇ ਹੁੰਦੇ, ਤੂੰ ਉਵੇਂ ਲਈ ਫਿਰਦੀ। ਸੁਖਬੀਰ ਕਾਕਾ ਤੂੰ ਫੜਿਆ ਗਿਆ, ਚਾਹੇ PTC, ਚਾਹੇ ਕੰਟਰੈਕਟ, ਚਾਹੇ ਬੱਸਾਂ, ਚਾਹੇ ਹੋਟਲ ਅਤੇ ਲੱਖ ਲੱਖ 'ਚ ਉੱਥੇ ਸ਼ਰਾਬ ਉੱਡਦੀ ਹੈ ਅਤੇ ਤੀਵੀਆਂ ਨੱਚਦੀਆਂ ਸ਼ਾਮ ਨੂੰ, ਮੈਂ ਧੀ ਬੈਠੀ ਆ ਸਰੀਰ, ਉਹ ਤੂੰ ਫੜਿਆ ਗਿਆ। ਤੂੰ ਦੁੱਧ ਤਾਂ ਸਾਰਾ ਹੀ ਪੀਤਾ ਪਰ ਬੁੱਲ ਪੂੰਝਣੇ ਭੁੱਲ ਗਿਆ ਅਤੇ ਆ ਫੜੀ ਬੈਠੇ ਸਾਰੇ ਜਾਣੇ। ਇੱਥੇ ਆ ਕਚਹਿਰੀ 'ਚ ਪੇਸ਼ ਹੋ ਸੁਖਬੀਰ, ਤੂੰ ਕਿਹੜੀ ਸਿੱਖੀ ਦੀ ਗੱਲ ਕਰਦਾ? ਆ ਬੰਦਾ ਸੁਖਬੀਰ ਦੇ ਅਕਾਲੀ, ਸੁਖਬੀਰ ਦੇ ਅਕਾਲੀ ਦਲ ਦਾ ਜਨਰਲ ਸਕੱਤਰ ਹੈ, ਸੁਖਬੀਰ ਦੇ ਅਕਾਲੀ ਦਲ ਦਾ ਜਨਰਲ ਸੈਕਟਰੀ ਹੈ, ਚੀਫ ਸਪੋਕਸਮੈਨ ਹੈ, ਅਤੇ ਨਾਂ ਇਹਦਾ ਕੀ ਹੈ? ਹਰਚਰਨ ਸਿੰਘ ਬੈਂਸ ਹੈ, ਸਿੰਘ ਲਿਖਦਾ ਨਹੀਂ। ਅਤੇ ਆਹ ਬੰਦਿਆਂ ਨੇ ਪੰਥ ਅੱਗੇ ਚਲਾਉਣਾ ਫਿਰ ਫੜਕੜੀ ਫੁੱਲ ਹੋ ਗਈ। ਸਰਦਾਰ ਸੁਖਬੀਰ ਸਿੰਘ ਕੀ ਕਰੇਗਾ? ਚੋਰੀਆਂ ਬਹੁਤ ਕਰਦਾ ਪਰ ਪਤੰਦਰਾਂ ਮੋਰੀਆਂ ਉਦੂ ਬਾਲੀਆਂ ਫੜਿਆ ਜਾਂਦਾ। ਪਤਾ ਚਿੱਟਾ ਕੀ ਹੈ? ਇਹਨਾਂ ਨੇ ਵੰਡਿਆ, ਬਾਦਲਾਂ ਨੇ ਵੰਡਿਆ ਚਿੱਟਾ। ਚਿੱਟਾ ਪੀ ਕੇ ਧੀਆਂ ਵੀ ਬੈਠੀਆਂ ਬੁਰਾ ਨਾ ਮਨਾਉਣ, ਡੇਲੇ ਨਿਕਲ ਜਾਂਦੇ ਆ, ਹੱਡੀਆਂ ਲਮਕ ਜਾਂਦੀਆਂ ਅਤੇ ਬੰਦੇ ਨਿਮਰਦ ਹੋ ਜਾਂਦੇ ਆ, ਬੱਚਾ ਪੈਦਾ ਹੀ ਨਹੀਂ ਹੋ ਸਕਦਾ। ਐਡਾ ਪਾਪ! ਮੇਰੇ ਕੋਲ ਫੂਡ ਮਿਨਿਸਟਰ ID ਸੀ, ਪੂਰੀ ID, ਉਹਦੇ ਵਿੱਚ ਸੀ ਨੰਬਰ 1 ਸਾਰਾ ਫੂਡ, ਇਹ ਆਹ ਲਈ ਬਈ, ਆਹ ਹੈ ਨਹੀਂ ਇਹਨਾਂ ਕੋਲ। ਇਹ ਖੀਰ ਚਟਣੀ ਦਾ ਮਹਿਕਮਾ ਹੈ ਅਤੇ ਇਹ ਫੂਡ ਪ੍ਰੈਸ ਪ੍ਰੋਸੈਸਿੰਗ ਘੱਟ ਹੈ, ਇਹ ਕੱਪੜਾ ਪ੍ਰੈਸਿੰਗ ਵੱਧ ਹੈ, ਅਤੇ ਬੀਬੀ ਕੋਲ ਇੰਨਾ ਕੀ ਮਹਿਕਮਾ ਹੈ? ਬਲਵੰਤ ਸਿੰਘ ਰਾਮੂਵਾਲੀਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ 'ਤੇ ਨਿਸ਼ਾਨੇ ਸਾਧ ਰਹੇ ਨੇ, ਉਹ ਥਾਂ ਦਿੱਲੀ ਦੀ ਹੈ ਅਤੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ। ਵੱਖ ਵੱਖ ਆਗੂ ਇੱਥੇ ਪਹੁੰਚੇ ਹੋਏ ਨੇ, ਜਿਨ੍ਹਾਂ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਜਾ ਰਹੇ ਨੇ, ਪਰ ਜੋ ਭਾਸ਼ਣ ਰਾਮੂਵਾਲੀਆ ਨੇ ਦਿੱਤਾ ਉਸ ਨਾਲ ਅਕਾਲੀਆਂ ਦੀ ਨੀਂਦ ਜ਼ਰੂਰ ਉੱਡਣ ਵਾਲੀ ਹੈ। ਲੋ, ਜ਼ਿਆਦਾ ਕੁਝ ਨਾ ਬੋਲਦੇ ਹੋਏ ਤੁਹਾਨੂੰ ਰਾਮੂਵਾਲੀਏ ਦੇ ਭਾਸ਼ਣ ਦੀ
ਸ਼ੁਰੂਆਤ ਦਿਖਾਉਂਦੇ ਹਾਂ। ਜਿਹੜੀ ਗਾਂ ਹੈ ਸ਼ੇਰ ਦੇ ਰਹਿਮ ਉੱਤੇ, ਜਿਹੜੀ ਗਊ ਹੈ ਸ਼ੇਰ ਦੇ ਰਹਿਮ ਉੱਤੇ, ਉਹਦਾ ਮਾਸ ਵੀ ਨਹੀਂ, ਉਹਦੀ ਖੱਲ ਵੀ ਨਹੀਂ। ਜਿਸ ਬੂਟੇ ਦੀ ਜੜ ਨੂੰ ਆਇਆ ਸੋਕਾ, ਉਹਦੇ ਪੱਤੇ ਵੀ ਨਹੀਂ, ਉਹਦਾ ਫਲ ਵੀ ਨਹੀਂ। ਜਿਹੜੀ ਕੌਮ ਦੇ ਖੂਨ ਚੋਂ ਗਈ ਗੈਰਤ, ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ। ਢੀਂਡਸਾ ਸਾਹਿਬ, ਤੁਹਾਨੂੰ ਝੰਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੁਕਮ ਨਾਲ ਮਿਲਿਆ। ਗੈਰਤਮੰਦ ਹੈ, ਗੈਰਤ ਨਾਲ ਲੜਨਾ। ਮੈਨੂੰ ਬਹੁਤਾ ਫਿਕਰ ਹੁੰਦਾ ਕਿ ਮੇਰੀਆਂ ਗੱਲਾਂ ਤਾਂ 7-8 ਹੈ, ਪਰ ਮੈਂ ਉਹ ਸਾਰੀਆਂ 8 ਮਿੰਟਾਂ 'ਚ ਮਕਾਉਣੀਆਂ ਨਹੀਂ ਤਾਂ ਮੁਰਗੇ ਝੱਗਾ ਖਿੱਚਦੇ ਹੈ। ਪਹਿਲੀ ਗੱਲ, ਇਹ ਬਚ ਨਹੀਂ ਸਕਦੇ ਬਾਦਲ ਕਾ ਟੱਬਰ, ਕਿਉਂਕਿ ਇਹਨਾਂ ਨੇ ਪਰੰਪਰਾਵਾਂ ਖਰਾਬ ਕੀਤੀਆਂ। ਭਾਈ ਸਾਹਿਬ ਭਾਈ ਰਣਧੀਰ ਸਿੰਘ, ਇਹਨਾਂ ਦੀ ਕਿਤਾਬ ਹੈ ਜੇਲ੍ਹ ਚਿੱਠੀਆਂ, ਸੁਖਬੀਰ ਨੇ ਪੜ੍ਹਨੀਆਂ ਤਾਂ ਕੀ, ਉਹਨੂੰ ਪਤਾ ਵੀ ਨਹੀਂ ਵੀ ਜੇਲ੍ਹ ਚਿੱਠੀਆਂ ਕਿਤਾਬ ਹੈ, ਕੋਈ ਇਹ ਵੀ ਨਹੀਂ ਪਤਾ। ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਫੇਰੂਮਾਨ, ਮੋਹਨ ਸੋਤੋੜ, ਤਲਵੰਡੀ, ਕਿੰਨੇ ਪ੍ਰਧਾਨ ਲਾਇਓ, ਮੈਂ 1000 ਰੁਪਈਆ ਇਨਾਮ ਦਊਂ, ਮੇਰੇ ਕੋਲ ਥੋੜ੍ਹੇ ਆ ਇੰਨੇ ਕੀ, ਅੱਜ 1000 ਰੁਪਈਆ ਇਨਾਮ ਦੇਊਂ ਜਿਹੜਾ ਬੰਦਾ ਇਹ ਦੱਸ ਦੇਵੇ ਕਿ ਸੁਖਬੀਰ ਬਾਦਲ ਤੋਂ ਬਿਨਾਂ ਕਿਸੇ ਪ੍ਰਧਾਨ ਦੇ ਜੁੰਮੇ ਪੰਥ ਵੇਚ ਕੇ ਪੈਸੇ ਬਣਾਉਣ ਦਾ ਸੱਚ ਦਾ ਕੀ ਝੂਠਾ ਇਲਜ਼ਾਮ ਵੀ ਲੱਗਿਆ ਇੱਕ ਵੀ। ਇਹਦਾ ਕੀ ਹੈ, ਮੈਂ ਪਰਸੋਂ ਇੱਕ ਪੰਡਿਤ ਕੋਲੇ ਬੈਠਾ ਸੀ, ਮੂੰਹ ਹੀ ਗੱਲ ਛੇੜ ਲਈ, ਮੈਨੂੰ ਵੀ ਯਾਦ। ਉਹ ਕਹਿੰਦਾ, ਕਹਿੰਦਾ ਉਹਨੇ ਮੈਨੂੰ ਗੱਲ ਸੁਣਾਈ, ਉਹ ਕਹਿੰਦਾ 4 ਚੀਜ਼ਾਂ ਇਹਨਾਂ ਦੇ ਵਿੱਚ ਵੀ ਹੈ, ਸਾਡੇ ਪ੍ਰਚਾਰ ਸਕੱਤਰ ਪ੍ਰੈਸ ਵਾਲੇ, ਇਹਨਾਂ ਦੇ ਦਿਲ ਵੀ ਤੁਹਾਡੇ ਸਾਰਿਆਂ ਦੇ ਹੈ ਅਤੇ ਦਿਮਾਗ ਵੀ ਸਾਰਿਆਂ ਦੇ ਹੈ, ਅੱਖਾਂ ਅਤੇ ਹੱਥ, ਇਹ ਚਾਰੇ ਜੇ ਬਦਮਾਸ਼ ਹੋ ਜਾਣ ਬੰਦਾ ਬਚ ਹੀ ਨਹੀਂ ਸਕਦਾ। ਅਤੇ ਇਸ ਤੋਂ ਬਾਅਦ ਰਾਮੂ ਵਾਲੀਆ ਬਾਦਲ ਪਰਿਵਾਰ 'ਤੇ ਬੁਰੀ ਤਰ੍ਹਾਂ ਵਰੇ। ਸੁਖਬੀਰ ਬਾਦਲ 'ਤੇ ਨਿਸ਼ਾਨੇ ਲਾਉਂਦੇ ਲਾਉਂਦੇ ਸਾਰੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ 'ਤੇ ਲੈ ਆਏ ਅਤੇ ਨਾਲ ਹੀ ਉਹਨਾਂ ਦੇ ਹੱਥ ਵਿੱਚ ਇੱਕ ਫੋਟੋ ਵੀ ਦਿਖਾਈ ਦਿੱਤੀ। ਸੁਖਬੀਰ ਦੀਆਂ ਚਾਰੇ ਬਦਮਾਸ਼ ਆ, ਧਿਆਨ ਦਿਓ ਕਿਵੇਂ ਵੀਰ। ਮੈਨੂੰ ਖੁਸ਼ੀ ਹੈ ਕਿ ਸਟੇਜ ਉੱਤੇ ਢੀਂਡਸਾ ਜੀ, ਸਰਦਾਰ ਬ੍ਰਹਮਪੁਰਾ ਜੀ, ਰਵਿੰਦਰ ਜੀ ਸੇਖਵਾਂ ਜੀ, ਵੀਰ ਦਵਿੰਦਰ ਸਿੰਘ ਜੀ, ਸਰਨਾ ਜੀ, ਪਰਮਿੰਦਰ ਸਿੰਘ ਜੀ ਜਿਹੜੇ ਸਾਡੇ MLA ਸਾਹਿਬ, ਸੰਤ ਦਾਦੂ ਪ੍ਰੋਫੈਸਰ ਢੀਂਡਸਾ, ਸੰਤ ਦਾਦੂਵਾਲ ਜੀ, ਭੋਮਾ ਸਾਹਿਬ, ਪੀਰ ਮੁਹੰਮਦ ਜੀ, ਅਤੇ ਟਰੱਕ ਯੂਨੀਅਨ ਕੁਲਤਾਰਨ ਸਿੰਘ ਅਟਵਾਲ ਵੱਲੋਂ ਸਿੰਘਾ ਜੀ, ਹੋਰ ਬਹੁਤ ਸਾਰੇ ਲੋਕ ਆਏ ਹੈ। ਕਿਵੇਂ ਨਹੀਂ ਬਚ ਸਕਦਾ, ਜਦੋਂ ਬੰਦਾ ਬੇਈਮਾਨੀ ਕਰਦਾ ਸਭ ਤੋਂ ਪਹਿਲਾਂ ਅੱਖ ਖਰਾਬ ਕਰਦੀ ਹੈ। ਧਿਆਨ ਦਿਓ, ਇਹ ਸੋਹਰੀਆਂ ਹੈ ਤਾਂ ਚੰਗੀਆਂ, ਉਹ ਕੱਢਣ ਵਾਲੀਆਂ ਕਈ ਵਾਰੀ ਅੱਖ 'ਚ ਨਿਗਾਹ ਮਾਰਦੀ ਵੀ ਆਹ ਪੜਾਕੇ ਪਾ ਦਈਏ, ਚੋਰੀ ਕਰ ਲਈਏ, ਫਿਰ ਉਹ ਦਿਲ ਨੂੰ ਪੁੱਛਦਾ, ਦਿਲ ਕਹਿੰਦਾ ਵੀ ਰਹਿਣ ਦੇ ਯਾਰ, ਵੀ ਮਾੜੀ ਗੱਲ ਹੈ। ਫਿਰ ਉਹ ਕਿਵੇਂ ਜੇ ਕਰਨੀ ਮਾੜੀ ਗੱਲ, ਫਿਰ ਦਿਮਾਗ ਨੂੰ ਪੁੱਛਦਾ, ਦਿਮਾਗ ਕਹਿੰਦਾ ਚੱਕ ਦੇ, ਫਿਰ ਅੱਖ 'ਤੇ ਹੱਥ, ਅੱਖ 'ਤੇ ਹੱਥ ਰਲ ਜਾਂਦੇ ਆ, ਫਿਰ ਬੰਦਾ ਫੱਟੇ ਚੱਕ ਦਿੰਦਾ ਮੁੰਡੇ ਨੂੰ। ਕੋਈ ਮਾਮਾ ਸੀ ਸਕਾ ਉਹਦਾ, ਉਹ ਦੇ ਗਿਆ 5000 ਰੁਪਈਆ ਅਤੇ ਅੱਖ ਨੇ ਦੇਖ ਲਿਆ, ਅਤੇ ਜਿਹੜਾ ਠੱਗ ਸੀ ਉਹਦਾ ਦਿਲ ਕਹਿੰਦਾ ਮੁੰਡੇ ਕੋਲੋਂ ਖੋਹ ਨਾ ਲਵਾਂ 5-1 ਸਾਲ ਦਾ, ਉਹ ਕਹਿੰਦਾ ਰਹਿਣ ਦੇ। ਦਿਮਾਗ ਨੂੰ ਪੁੱਛਿਆ, ਕਹਿੰਦਾ ਚੱਕ ਦੇ ਫੱਟੇ, ਉਹਨੇ ਹੱਥ ਨੂੰ ਕਿਹਾ ਬਣਾ ਵਿਉਂਤ, ਉਹ ਜਾ ਕਹਿੰਦਾ ਕਾਕਾ ਉਹ ਤੇਰਾ ਦੂਜਾ ਮਾਮਾ ਸੀ, ਮੈਂ ਅਸਲੀ ਮਾਮਾ,
ਜੇ ਮੈਂ ਤੈਨੂੰ ਕੁਲਫੀ ਦਿੰਦਾ ਟੋਫੀ ਦਿੰਦਾ ਉੱਧਰ ਆ ਜਾ, ਉਹ 5000 ਲੈ ਗਿਆ। ਐ ਸੁਖਬੀਰ ਦੀ ਅੱਖ, ਦਿਲ, ਹੱਥ ਤੇ ਦਿਮਾਗ, ਇਹ ਚਾਰੇ ਜਦੋਂ ਚੀਜ਼ ਵਹਿੰਦੇ ਆ ਪਹਿਲਾਂ ਪੈਸੇ ਹੀ ਵਹਿੰਦੇ ਆ। ਨਹੀਂ ਅੱਜ ਤਾਈਂ ਹੋਇਆ ਕਿ PTC ਨੇ ਹੁਕਮਨਾਮਾ ਕੈਦ ਕਰ ਲਿਆ ਕੰਟਰੈਕਟ ਵਿੱਚ, ਅੱਜ ਤਾਈਂ ਕਦੇ ਹੋਇਆ ਹੁਕਮਨਾਮਾ ਕੈਦ? ਮੁਗਲਾਂ ਨੇ ਨਹੀਂ ਕੀਤਾ। ਅਗਲੀ ਇੱਕ ਬੇਨਤੀ ਹੈ। ਦੂਜੀ ਬੇਨਤੀ ਹੈ ਕਿ ਸਿੱਖੀ ਦਾ ਬੂਟਾ ਹਲੇ ਵੀ ਤਕੜਾ ਹੋ, ਲੋਕੋ ਗੁਰੂ ਗੋਬਿੰਦ ਸਿੰਘ ਤੇ ਇਤਬਾਰ ਕਰੋ। ਸਿੱਖੀ ਦੇ ਬੂਟੇ ਦੀਆਂ ਸ਼ਾਖਾਂ, ਫੁੱਲ, ਪੱਤੀਆਂ, ਪੱਤੇ 65 ਮੁਲਕਾਂ ਚ ਹੈ, 65 ਮੁਲਕਾਂ ਚ ਉਹ ਹਰੇ ਭਰੇ ਹੈ। ਲੇਕਿਨ ਬਾਦਲਾਂ ਨੇ ਅੰਮ੍ਰਿਤਸਰ ਸਿੱਖੀ ਦੇ ਬੂਟੇ ਦੀ ਬਿਰਛ ਦੀ ਜੜ ਚ ਤੇਜ਼ਾਬ ਦੀ ਬਾਲਟੀ ਨਹੀਂ ਪਾਈ, ਭਰ ਕੇ ਰੇਲ ਗੱਡੀ ਵਾਲਾ ਕੈਂਟਰ ਜਿਹਾ ਪਾਤਾ। ਪਰ ਗੁਰੂ ਦੀ ਕਿਰਪਾ ਕਿ ਬਾਹਰ ਵਿਦੇਸ਼ਾਂ ਵਿੱਚ ਫਲ ਚਮਕ ਰਿਹਾ। ਪੰਜਾਬ ਵਿੱਚ ਸਿੱਖਾਂ ਦੀਆਂ ਅਕਲਾਂ, ਸ਼ਕਲਾਂ, ਨਸਲਾਂ ਤੇ ਫਸਲਾਂ ਤਬਾਹ ਕਰਤੀਆਂ, ਇੱਥੇ ਦਿੱਲੀ 'ਚ ਤਬਾਹ ਕਰਨ ਨੂੰ ਫਿਰਦੇ ਆ, ਹੋਣੀਆਂ ਨਹੀਂ। ਪੰਥ ਦੀ ਸਿਰਮੌਰ ਗੱਲ ਕੀ ਹੈ? ਸਿਰਮੌਰ ਗੱਲ ਆ, ਇੱਧਰ ਧਿਆਨ ਦਿਓ, ਮੈਂ ਤੁਹਾਨੂੰ ਲਿਖਾਉਣ ਲੱਗਾ ਨਜ਼ਾਰਾ। ਸਿਰਮੌਰ ਗੱਲ ਆ ਕਿ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਕਿ ਉਹਨਾਂ ਨੂੰ ਸਿੱਖੀ ਸਰੂਪ ਪੱਗ ਦਾੜਾ ਰੱਖਣਾ। ਤੇ ਬਾਦਲਾਂ ਦਾ ਕੀ ਹੈ? ਵਾਹ ਮਾਂ ਦੇ ਪੁੱਤੋ, ਕਿਤੇ ਕੋਈ ਰਹਿ ਨਾ ਜਾਵੇ, ਇਹ ਵੱਡੀ ਗੱਲ ਹੈ। ਬਾਦਲ ਫੜੇ ਗਏ, ਇੱਕ ਬੁੜੀ ਨੂੰਹ ਨੂੰ ਕਿਹਾ ਕਰੇ ਤੂੰ ਚੋਰੀਓਂ ਦੁੱਧ ਪੀਨੀ ਹੈ। ਨੂੰਹ ਕਹਿੰਦੀ ਬੇਬੇ ਮੈਨੂੰ ਤਾਂ ਵੱਡੇ ਮਹਾਰਾਜ ਦੀ ਸਹੁੰ ਭਾਵੇਂ ਗੁਰਦੁਆਰੇ ਚੜਾ ਲਾ, ਮੈਂ ਨਹੀਂ ਪੀਂਦੀ। ਕਹਿੰਦੀ ਨੂੰਹ ਨੂੰ ਕਹੇ ਸੱਸ, ਸੱਸ ਮੂੰਹ ਬਦਮਾਸ਼ ਸੀ ਥੋੜ੍ਹੀ ਜਿਹੀ ਸੁਖਬੀਰ, ਓਏ ਤੂੰ ਦੁੱਧ ਪੀਨੀ ਹੈ। ਉਹਨੂੰ ਨੂੰਹ ਨੇ ਨਿਗਾਹ ਰੱਖੀ ਵੀ ਇਹ ਕਰਦੀ ਕੀ ਹੈ, ਪੈਰ ਜੇ ਮਲਦੀ ਹੈ। ਇੱਕ ਦਿਨ ਸੱਚੀ ਮੁੱਚੀ ਦੁੱਧ ਪੀ ਗਈ, ਉੱਤੋਂ ਫੜ ਲਈ ਨੂੰਹ ਨੇ, ਉਹ ਬੋਲੀ ਨਹੀਂ। ਆਪਦੇ ਘਰ ਵਾਲੇ ਦੇ ਸਹੁਰੇ ਨੂੰ ਕਹਿੰਦੀ ਬਾਪੂ ਜੀ ਆ ਕੇ ਦੇਖਿਓ, ਬੇਬਾ ਜੀ ਤੂੰ ਦੁੱਧ ਪੀਤਾ ਕਿ ਨਹੀਂ ਚੋਰੀ ਦਾ? ਉਹ ਕਹਿੰਦੀ ਮੈਂ 7 ਜਨਮ ਨਾ ਪੀਵਾਂ। ਉਹ ਕਹਿੰਦੀ ਬੇਬੇ ਇੱਕ ਤਾਂ ਜਿਹੜਾ ਬਾਲਟੀ ਜਿਹੜਾ ਡੱਬਾ ਜਿਹਾ ਦੁੱਧ ਵਾਲਾ ਉਹ 4 ਉਂਗਲਾਂ ਊਣਾ ਹੋਇਆ ਪਿਆ, ਅਤੇ ਇੱਕ ਤੇਰੇ ਬੁੱਲਾਂ ਨੂੰ ਉਵੇਂ ਦੁੱਧ ਲੱਗਿਆ। ਉਹ ਕਹਿੰਦੀ ਨਹੀਂ ਨਹੀਂ ਨਹੀਂ। ਉਹ ਫਿਰ ਨੂੰਹ ਕਹਿੰਦੀ ਬੇਬੇ ਜੀ ਜੇ ਚੋਰੀ ਦਾ ਦੁੱਧ ਪੀਏ ਤਾਂ ਬੁੱਲ ਪੂੰਝ ਲਈਦੇ ਹੁੰਦੇ, ਤੂੰ ਉਵੇਂ ਲਈ ਫਿਰਦੀ ਹੈ। ਸੁਖਬੀਰ ਕਾਕਾ ਤੂੰ ਫੜਿਆ ਗਿਆ, ਚਾਹੇ PTC, ਚਾਹੇ ਕੰਟਰੈਕਟ, ਚਾਹੇ ਬੱਸਾਂ, ਚਾਹੇ ਹੋਟਲ, ਅਤੇ ਲੱਖ ਲੱਖ 'ਚ ਉੱਥੇ ਸ਼ਰਾਬ ਉੱਡਦੀ ਹੈ ਅਤੇ ਤੀਵੀਆਂ ਨੱਚਦੀਆਂ ਸ਼ਾਮ ਨੂੰ, ਮੈਂ ਧੀ ਬੈਠੀ ਆ ਸਰੀਰ, ਉਹ ਤੂੰ ਫੜਿਆ ਗਿਆ। ਤੂੰ ਦੁੱਧ ਤਾਂ ਸਾਰਾ ਹੀ ਪੀਤਾ ਪਰ ਬੁੱਲ ਪੂੰਝਣੇ ਭੁੱਲ ਗਿਆ, ਤੇ ਆ ਫੜੀ ਬੈਠੇ ਸਾਰੇ ਜਾਣੇ। ਅਗਲੀ ਇੱਕ ਬੇਨਤੀ ਕਰਦਾ, ਸਿੱਖਾਂ ਨੂੰ ਕਿਹਾ ਜਾਂਦਾ ਸਿੱਖ ਬਣੋ। ਇਹ ਆਹ ਫੋਟੋ ਕਿਹਦੀ ਹੈ ਦੱਸੋ ਵੀ ਕਿਹਦੀ ਆ? ਸਿਆਣ ਆਈ ਸੰਗਾ ਸਾਹਿਬ, ਤੁਹਾਨੂੰ ਆ ਗਈ ਹੋਣੀ ਤੁਹਾਡੇ ਪਿੰਡਾਂ ਦਾ, ਤੁਹਾਨੂੰ ਸਿਆਣ ਆਈ, ਕਿਹਦੀ ਫੋਟੋ ਹੈ? ਆ ਸੁਣ ਲਈ, ਇੱਥੇ ਆ ਕਚਹਿਰੀ 'ਚ ਪੇਸ਼ ਹੋ ਸੁਖਬੀਰ, ਤੂੰ ਕਿਹੜੀ ਸਿੱਖੀ ਦੀ ਗੱਲ ਕਰਦਾ? ਆ ਬੰਦਾ ਸੁਖਬੀਰ ਦੇ ਅਕਾਲੀ, ਸੁਖਬੀਰ ਦੇ ਅਕਾਲੀ ਦਲ ਦਾ ਜਨਰਲ ਸਕੱਤਰ ਹੈ, ਸੁਖਬੀਰ ਦੇ ਅਕਾਲੀ ਦਲ ਦਾ ਜਨਰਲ ਸੈਕਟਰੀ ਹੈ,
ਚੀਫ ਸਪੋਕਸਮੈਨ ਹੈ ਤੇ ਨਾ ਇਹਦਾ ਕੀ ਹੈ, ਹਰਚਰਨ ਸਿੰਘ ਬੈਂਸ ਹੈ, ਸਿੰਘ ਲਿਖਦਾ ਨਹੀਂ। ਤੇ ਆਹ ਬੰਦਿਆਂ ਨੇ ਪੰਥ ਅੱਗੇ ਚਲਾਉਣਾ, ਫਿਰ ਫੜਕੜੀ ਫੁੱਲ ਹੋ ਗਈ। ਮਾਫ ਕਰਨਾ, ਆਹ ਬੰਦਾ ਇਹ ਸਪੋਕਸਮੈਨ ਹੈ, ਵੱਡੇ ਬਾਦਲ ਦਾ ਪਰਸਨਲ ਸੈਕਟਰੀ ਹੈ, ਤੇ ਜੇ ਇਹਨਾਂ ਨੇ ਪੰਥ ਚਲਾਉਣਾ ਤੇ ਫਿਰ ਮੋਟੀ ਗੱਲ ਹੈ, ਫਿਰ ਖਤਮ ਹੋ ਜਾਓਗੇ, ਫਿਰ ਖਤਮ ਹੋ ਜਾਓਗੇ। ਆਹ ਬੰਦੇ ਨੂੰ ਮੈਨੂੰ ਦੱਸ ਦਿਓ, ਇਹਨੂੰ ਪਾਸ ਕਰਦੇ ਹਾਂ। ਇਸ ਲਈ ਸਰਦਾਰ ਸੁਖਬੀਰ ਸਿੰਘ ਕੀ ਕਰੇਗਾ, ਚੋਰੀਆਂ ਬਹੁਤ ਕਰਦੇ ਪਰ ਪਤੰਦਰਾਂ ਮੋਰੀਆਂ ਉਦੂ ਵਾਲੀਆਂ ਫੜਿਆ ਜਾਂਦਾ। ਇੱਕ ਬੇਨਤੀ ਹੋਰ ਕਰਨੀ ਹੈ ਕਿ ਚਿੱਟਾ ਨਸ਼ਾ ਵੇਚਿਆ ਗਿਆ ਇੱਥੇ। ਸਰਦਾਰ ਹਰਮਨਜੀਤ ਸਿੰਘ ਲੀਡਰ ਹੈ ਬਾਦਲ ਸਾਹਿਬ ਨਾਲ, ਬੰਦਾ ਚੰਗਾ, ਮੈਂ ਉਹਦਾ ਬਹੁਤ ਖਿਲਾਫ ਨਹੀਂ, ਮੈਂ ਉਹਦੇ ਹੱਕ 'ਚ ਹੈ। ਹਰਮਨਜੀਤ ਸਿੰਘ ਦਾ ਭਰਾ ਬੰਬੇ ਸੁਰਗਵਾਸ ਹੋ ਗਿਆ, ਧਿਆਨ ਨਾਲ ਸੁਣਿਓ, ਉਹਨੇ ਰੋ ਕੇ ਮੈਨੂੰ ਗੱਲ ਸੁਣਾਈ। 1000 ਕਰੋੜ ਦਾ ਮਾਲਕ ਸੀ, ਕਹਿੰਦਾ ਇੱਕ ਪਾਰਟੀ 'ਚ ਅਸੀਂ 14 ਬੰਦੇ ਸੀ, ਇੰਨੀ ਬਦਨਾਮੀ ਸਿੱਖਾਂ ਦੀ ਕਰਾਈ ਔਰ ਲੋਕੋ ਕੁਛ ਛੱਡਿਆ ਹੀ ਨਹੀਂ, ਤੁਹਾਡਾ ਕਿਹੜੀਆਂ ਗੱਲਾਂ ਕਰਦੇ ਹੈ। ਫੌਜ 'ਚ ਭਰਤੀ ਉੱਡ ਗਈ, CRPF, BSF, ITBP, ਮੈਂ ਤਾਂ ਏਅਰਪੋਰਟ 'ਤੇ ਜਾਂਦਾ, ਕੋਈ ਸਿੱਖ ਦੀਂਦਾ ਹੀ ਨਹੀਂ। ਉਹ ਕਹਿੰਦਾ ਜਦੋਂ ਸ਼ਰਾਬ ਪੀਂਦੇ ਸੀ 13 ਜਾਣੇ, ਤਾਂ ਹਰਮਨਜੀਤ ਸਿੰਘ ਦੇ ਵੱਡੇ ਭਰਾ ਨੇ ਕਿਹਾ ਮੈਂ ਨਹੀਂ ਸ਼ਰਾਬ ਪੀਂਦਾ, ਉਹ ਪੀਂਦਾ ਵੀ ਨਹੀਂ ਸੀ। ਉਹਨੇ ਕਿਹਾ ਮੈਂ ਨਹੀਂ ਪੀਂਦਾ। ਉਹਨੂੰ 7 ਬੰਦੇ ਕਹਿੰਦੇ, ਉਹ ਸਿੱਖੋ ਅੱਜ ਕੱਲ੍ਹ ਤੁਸੀਂ ਸ਼ਰਾਬ ਨਹੀਂ ਪੀਂਦੇ, ਚਿੱਟਾ ਪੀਂਦੇ ਹੈ। ਪਤਾ ਚਿੱਟਾ ਕੀ ਹੈ? ਇਹਨਾਂ ਨੇ ਵੰਡਿਆ, ਬਾਦਲਾਂ ਨੇ ਵੰਡਿਆ ਚਿੱਟਾ। ਚਿੱਟਾ ਪੀ ਕੇ ਧੀਆਂ ਵੀ ਬੈਠੀਆਂ ਬੁਰਾ ਨਾ ਮਨਾਉਣ, ਡੇਲੇ ਨਿਕਲ ਜਾਂਦੇ ਆ, ਹੱਡੀਆਂ ਲਮਕ ਜਾਂਦੀਆਂ ਤੇ ਬੰਦੇ ਨਿਮਰਦ ਹੋ ਜਾਂਦੇ ਆ, ਬੱਚਾ ਪੈਦਾ ਹੀ ਨਹੀਂ ਹੋ ਸਕਦਾ। ਐਡਾ ਪਾਪ, ਐਡਾ ਪਾਪ। ਇਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਦੇ ਫੂਡ ਮਿਨਿਸਟਰੀ ਮਹਿਕਮੇ ਬਾਰੇ ਉਹਨਾਂ ਕੀ ਕਿਹਾ, ਉਹ ਵੀ ਜ਼ਰਾ ਸੁਣ ਕੇ। ਇੱਕ ਹੋਰ ਬੇਨਤੀ ਕਰਨੀ ਹੈ, ਉਹ ਇਹ ਹੈ, ਮੈਨੂੰ ਮਾਣ ਹੈ, ਮੈਂ ਮਾਣ ਨਾ ਕਹਿੰਦਾ, ਭਾ ਘੱਟ ਗਿਆ ਇਹਨਾਂ ਦਾ ਭਾ। ਆ ਧਿਆਨ ਦਿਓ, ਮੈਂ ਕਾਗਜ਼ ਲਿਆਇਆ, ਊ ਵਕੀਲ ਤਾਂ ਮੈਂ, ਵਕਾਲਤ ਤਾਂ ਕੀਤੀ ਨਹੀਂ, LLB ਕੀਤੀ ਹੈ ਤੁਹਾਡੀ ਕਚਹਿਰੀ 'ਚ। ਆ ਦੇਖੋ ਕੀ ਲਿਖਿਆ, ਲਿਖਿਆ ਫੂਡ ਮਿਨਿਸਟਰ, ਜਦੋਂ ਭਾ ਘੱਟ ਜੇ ਉਦੋਂ ਰਕਸ਼ੇ ਵਾਲਾ ਵੀ ਰੇਟ ਨਹੀਂ ਤੋੜਦਾ, ਇੰਨੇ ਹੀ ਲਊਂਗਾ, ਇਹਨਾਂ ਦਾ ਭਾ ਘੱਟ ਗਿਆ। ਆਹ ਲਿਖਿਆ ਫੂਡ ਮਿਨਿਸਟਰ, ਮੈਂ ਫੂਡ ਮਿਨਿਸਟਰ ਆਫ ਇੰਡੀਆ ਰਿਹਾ। ਹੁਣ ਭਾ ਘਟੇ ਦੀ ਨਿਸ਼ਾਨੀ ਢੀਂਡਸਾ ਸਾਹਿਬ, ਤੁਸੀਂ 4 ਮਹਿਕਮਿਆਂ ਦੇ ਵੱਡੇ ਵਜ਼ੀਰ ਰਹੇ ਹੈ, ਬਹੁਤ ਕੁਛ ਹੈ ਤੁਸੀਂ। ਆਹ ਦੇਖਿਓ ਕੀ ਹੈ, ਆਹ ਫੂਡ ਮਿਨਿਸਟਰੀ, ਜਦੋਂ ਮੈਂ ਫੂਡ ਮਿਨਿਸਟਰ ਸੀ ਮੇਰੇ ਕੋਲ ਫੂਡ ਮਿਨਿਸਟਰ ਐਡੀ ਸੀ, ਪੂਰੀ ਐਡੀ, ਉਹਦੇ ਵਿੱਚ ਸੀ ਨੰਬਰ 1 ਸਾਰਾ ਫੂਡ, ਇਹ ਆਹ ਲਈ ਬਈ, ਆਹ ਹੈ ਨਹੀਂ ਇਹਨਾਂ ਕੋਲ। ਨੰਬਰ 2 ਸੀ ਫੂਡ ਟ੍ਰੇਡ, ਉਹ ਇੰਨੀ ਸੀ, ਇਹ ਵੀ ਹੈ ਨਹੀਂ ਬੀਬੀ ਕੋਲ, ਬੀਬੀ ਆਪਣੀ ਫੂਡ ਮਿਨਿਸਟਰ ਘੁੰਮਦੀ ਹੈ। ਨੰਬਰ 3 ਉਹਦੇ ਸੀ ਕੰਜ਼ਿਊਮਰ ਅਫੇਅਰਸ, ਮੈਂ 60 ਜੱਜ ਲਾਏ ਇੰਡੀਆ 'ਚੋਂ, ਜੱਜ ਲਾਈ ਦੇ ਹਰ ਸੂਬੇ 'ਚ 8, ਮੈਂ 60 ਜੱਜ ਲਾਏ, ਆਹ ਬੀਬੀ ਕੋਲ ਹੈ ਨਹੀਂ। ਆਹ ਚੱਕੋ, ਇਹ ਵੀ ਹੈ ਨਹੀਂ, ਉਦੋਂ ਮਰੋ ਸੀ FCI, ਉਹਦੇ ਵਿੱਚ ਹੀ ਇਹਦੇ 'ਚ, ਇਹ ਆਹ ਵੀ ਹੈ ਨਹੀਂ। ਆ ਲੈ, ਇੰਨਾ ਕੁ ਸੀ ਫੂਡ ਪ੍ਰੋਸੈਸਿੰਗ, ਅਤੇ ਮੇਰਾ ਸੈਕਟਰੀ ਕਹਿੰਦਾ ਸੀ ਜੀ ਇਹ ਖੀਰ ਚਟਣੀ ਦਾ ਮਹਿਕਮਾ ਹੈ,
ਤੇ ਇਹ ਫੂਡ ਪ੍ਰੈਸ ਪ੍ਰੋਸੈਸਿੰਗ ਘੱਟ ਹੈ, ਇਹ ਕੱਪੜਾ ਪ੍ਰੈਸਿੰਗ ਵੱਧ ਹੈ, ਤੇ ਬੀਬੀ ਕੋਲੇ ਇੰਨਾ ਕਿਵੇਂ ਕਮਾਏ? ਭਾਅ ਘੱਟ ਗਿਆ ਨਾ, ਜਦੋਂ ਭਾਅ ਘੱਟ ਜੇ। ਰਾਮੂ ਵਾਲੀ ਇੱਥੇ ਨਹੀਂ ਰੁਕੇ, ਉਹ ਜਿਵੇਂ ਜਿਵੇਂ ਬੋਲਦੇ ਗਏ ਤਿਵੇਂ ਤਿਵੇਂ ਲੋਕ ਹੱਸ ਹੱਸ ਦੂਰੇ ਹੁੰਦੇ ਰਹੇ। ਹੁਣ ਮੈਂ ਇੱਕ ਗੱਲ ਕਰਦਾ, ਲਓ ਬੀਬਾ ਜੀ ਆ ਲੋਕ ਕਲੜੇ ਹੋ ਜਾਓ। ਮੈਂ ਦਿੱਲੀ ਸਲਾਮੀ ਲੈਣ ਗਿਆ ਪੁਲਿਸ ਦੀ, ਮੈਂ ਮਿਨਿਸਟਰ ਸੀ, ਮੈਂ ਸਲਾਮੀ ਲਈ, ਮੇਰੇ ਮੂਹਰ ਦੀ ਟੁਕੜੀਆਂ ਲੰਘੀਆਂ। ਨੀਰਜ ਕੁਮਾਰ ਪੁਲਿਸ ਕਮਿਸ਼ਨਰ ਸੀ, ਨੀਰਜ ਕੁਮਾਰ, ਉਹਦੀ ਮਾਂ ਦਾ ਨਾਂ ਸੀ ਕਮਲਾ ਅਤੇ ਉਹਦਾ ਨਾਂ ਸੀ ਸੱਤਿਆ ਨਾਰਾਇਣ ਸਿੰਘ ਬਾਬੂ, ਉਹ ਮੁੱਖ ਮੰਤਰੀ ਬਿਹਾਰ ਦਾ ਰਿਹਾ ਸੀ। ਕਮਲਾ ਮੇਰੀ ਭੈਣ ਬਣੀ ਸੀ, ਰੱਖੜੀ ਵੀ ਬੰਨੀ ਮੇਰੇ ਉਹਨੇ, ਮੇਰੀ ਸਕੀ ਭੈਣ ਵਾਂਗੂ, ਮੈਂ ਪੂਜਨੀਕ ਆ, ਹੁਣ ਮੱਥਾ ਟੇਕਦਾ ਭੈਣ ਜੀ ਨੂੰ। ਉਹ ਨੀਰਜ ਕਹਿੰਦਾ ਸਰ ਕੁਛ ਬਿਸਕੁਟ ਖਾ ਲਓ, ਸਲਾਮੀ ਹੋ ਗਈ। ਉਹ ਟੂ ਟੂ ਕਰਦੇ ਲੰਘ ਗਏ, ਮੈਂ ਬਖਲਾ ਰਿਹਾ। ਉਹ ਕਹਿਣ ਲੱਗੇ ਮੈਂ ਕਿੱਥੋਂ ਲੰਘ ਕੀ ਕਰਾਂ, ਬਿਸਕੁਟ ਕਹਿੰਦਾ ਖਾ ਲਓ। ਉਹ ਮੇਰੇ ਤਾਂ ਕਿਣਕਾ ਨਹੀਂ ਲੰਘਦਾ, ਕਹਿੰਦਾ ਕਿਉਂ? ਮੈਂ ਕਿਹਾ 3600 ਬੰਦਾ ਲੰਘਿਆ ਅਤੇ ਸਿੱਖ ਇੱਕ ਵੀ ਨਹੀਂ ਪੱਗ ਵਾਲਾ, ਮੈਂ ਨਹੀਂ ਖਾਣਾ। ਮੈਂ ਆਇਆ ਸੁਰਜੀਤ ਨੂੰ ਜਗਾਇਆ, ਉਹਦੀ ਪੱਗ ਸੀ ਮਾਵੇ ਵਾਲੀ, ਮੈਂ ਆਪੇ ਸਿਰ 'ਤੇ ਧਰ ਲਈ, ਮੈਂ ਕਿਹਾ ਬੈਠੇ ਹੋ ਨਾਲ। ਦੇਵ ਕੌੜੇ ਕੋਲ ਲੈ ਗਿਆ, ਸੁਰਜੀਤ ਕਹਿੰਦਾ ਦੇਵ ਕੌੜ ਨੂੰ ਰਾਮੂ ਵਾਲੀ ਅਪਸੈਟ ਹੈ, ਕਹਿੰਦਾ ਵਾਟ ਇਜ਼ ਦਾ ਰੀਜ਼ਨ ਮਾਈ ਫਰੈਂਡ? ਮੈਂ ਕਿਹਾ ਆਈ ਐਮ ਅਪਸੈਟ ਬਿਕੋਜ਼ ਦਾ ਸਿੱਖਸ ਆਰ ਅਟਰਲੀ ਐਬਸੈਂਟ ਫਰੋਮ ਦਾ ਟੂਡੇਜ਼ ਪਰੇਡ, ਅਤੇ ਮੈਨੂੰ ਦੱਸਦੇ ਵਾਈ ਦਾ ਰਿਕਰੂਟਮੈਂਟ ਹੈਜ਼ ਬਿਨ ਵੈਦਲਡ ਔਰ ਸਕ੍ਰੈਪਡ। ਕਹਿੰਦਾ ਕਿਉਂ ਬਸ ਸਿੱਖਾਂ ਦੀ ਭਰਤੀ ਨਹੀਂ ਹੁੰਦੀ? ਮੈਂ 514 ਬੰਦੇ ਭਰਤੀ ਕਰਾਏ ਦਿੱਲੀ ਪੁਲਿਸ 'ਚ, 514। 1997 ਦਾ ਰਿਕਾਰਡ ਕੱਢ ਲਓ। ਬੀਬੀ ਜੀ ਤੁਹਾਨੂੰ 7ਵਾਂ ਸਾਲ ਹੈ, 7 ਵੀ ਕਰਾਏ ਹੈ। 2017 'ਚ ਜਿਹੜਾ ਹੁਣੇ ਲੰਘਿਆ, 2017 'ਚ ਦਿੱਲੀ ਦੀ ਪੁਲਿਸ 'ਚ 8000 ਬੰਦਾ ਭਰਤੀ ਹੋਇਆ, ਅਤੇ ਸਿੱਖ 8000 'ਚ ਇੱਕ ਵੀ ਨਹੀਂ, ਇੱਕ। ਇਹ ਕੌਣ ਦੱਸੂਗਾ? ਫਿਕਰਮੰਦੀ ਹੈ, ਬੱਸਾਂ ਦਾ ਫਿਕਰ ਹੈ। ਇਸ ਲਈ ਮੈਂ ਬੇਨਤੀ ਕਰਦਾ ਹੈ, ਦੂਜੀ ਅਖੀਰ ਗੱਲ ਮੈਂ ਬਸ ਮੁਕਾਉਣ ਲੱਗਾ, ਅੱਗੇ ਮੈਂ 3 ਗੱਲਾਂ 'ਤੇ ਢੀਂਡਸਾ ਸਾਹਿਬ ਅਪੀਲ ਕਰਨੀ ਤੁਹਾਨੂੰ। ਤੁਸੀਂ ਬਹੁਤ ਵੱਡੇ ਲੀਡਰ ਹੈ, ਬੜੇ ਬੜੇ ਰਵਿੰਦਰ ਜੀ, ਸੇਖਵਾਨ ਜੀ, ਤੁਸੀਂ ਬੈਠੇ ਸਾਰੇ, ਮੈਂ ਬੇਨਤੀ ਕਰਦਾ ਬ੍ਰਹਮਪੁਰਾ ਜੀ, ਮੈਂ 3 ਗੱਲਾਂ 'ਤੇ ਜ਼ੋਰ ਦਿੰਦਾ। ਐਨ ਆਰ ਆਈ ਵਾਲਿਓ ਦੁਨੀਆਂ 'ਚ ਬੈਠੇ ਹੈ, ਮਿਹਨਤ ਕਰ ਲਓ, ਝੋਲੀ ਅੜਦਾ, ਬਚਾ ਲਓ ਗੁਰੂ ਗੋਬਿੰਦ ਸਿੰਘ ਦਾ ਪੰਜਾਬ, ਬਚਾ ਲਓ ਗੁਰੂ ਗੋਬਿੰਦ ਸਿੰਘ ਦਾ ਪੰਜਾਬ। ਦੂਜੀ ਬੇਨਤੀ ਕਰਦਾ ਐਨ ਆਰ ਆਈ, ਇੱਕ ਟਰੱਕਾਂ 'ਤੇ ਟੈਕਸੀਆਂ ਵਾਲੇ, ਜੇ ਟਰੱਕਾਂ ਵਾਲੇ ਨਾ ਹੁੰਦੇ ਪੰਜਾਬ ਦੇ ਜੱਟੋ, ਤੁਸੀਂ ਪੰਜਾਬੋਂ ਬਾਹਰ ਆਉਂਦੇ ਹੀ ਨਹੀਂ ਸੀ, ਉੱਥੇ ਹੀ ਮਰ ਜਾਂਦੇ। ਇਹ ਤਾਂ ਟਰੱਕਾਂ ਵਾਲੇ ਨੇ ਆ ਕੇ ਸਾਰੇ ਦੇਸ਼ ਵਿੱਚ ਤੁਹਾਨੂੰ ਫੈਲਾਇਆ, ਸਿੱਖ ਜੱਟ। ਅਤੇ ਤੀਜਾ ਦਲਿਤ ਭਰਾ, ਮੈਂ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਦਲਿਤ ਭਰਾਵਾਂ ਨੂੰ, ਦਲਿਤ ਸਿੱਖਾਂ ਨੂੰ, ਭਾਈ ਜੈਤਾ ਸਿੰਘ ਅਤੇ ਭਾਈ ਜਿਨ੍ਹਾਂ ਨੂੰ ਕਲਗੀ ਦਿੱਤੀ ਸੰਗਤ ਸਿੰਘ, ਉਹਨਾਂ ਨੂੰ ਲਾਲ ਲਵੋ, ਮਜ਼ਬੂਤ ਕਰੋ। ਮੈਂ GK ਸਾਹਿਬ, ਅਸੀਂ ਗਏ ਸੀ ਦੋਨੋਂ ਸੁਸ਼ਮਾ ਸਵਰਾਜ ਕੋਲ, ਯਾਦ ਹੈ ਤੁਹਾਨੂੰ? ਮੈਂ ਤਾਂ GK ਸਾਹਿਬ ਗਏ ਸੀ, ਅਸੀਂ ਜਾ ਕੇ ਗੱਲ ਕੀਤੀ ਵੀ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਜਾਂਦੀਆਂ ਇੱਥੇ ਛੱਡ ਜਾਂਦੇ ਪ੍ਰਾਹੁਣੇ, ਸਾਡੇ ਕਹੇ ਸੁਸ਼ਮਾ ਸਵਰਾਜ ਨੇ
ਇੱਕ ਕਾਨੂੰਨ ਬਣਾਤਾ ਕਿ ਹੁਣ ਜਿਹੜਾ ਪਤੀ ਬਾਹਰ ਜਾ ਕੇ ਨਾ ਸੱਦੂ ਉਹਦਾ ਪਾਸਪੋਰਟ ਕੈਂਸਲ ਕਰ ਦਿਆਂਗੇ। ਸਾਡੇ ਕਹਿ ਕੀਤਾ ਜਿੰਨੇ ਕੁੜੀਆਂ ਮੁੰਡੇ ਬਾਹਰ ਜੇਲ੍ਹਾਂ 'ਚ ਹੈ ਉਹ ਲਿਆਉਣ ਦੀ ਗੱਲ ਕੀਤੀ। ਮੈਂ ਤੁਹਾਨੂੰ ਵਧਾਈ ਦਿੰਦਾ। ਆਖਿਰ ਵਿੱਚ ਇੱਕ ਸ਼ੇਰ ਕਹਿੰਦਾ, ਬੰਦ ਬੁਲਬੁਲ ਦੇ ਹੱਥਾਂ ਵਿੱਚ ਬਾਜ਼ ਨਹੀਂ ਰਹਿੰਦੇ। ਤਕੜੇ ਹੋਵੋ ਤੁਸੀਂ ਸ਼ਹਿਰੀ ਸਿੱਖ, ਤੁਹਾਡੀ ਗੱਲ ਸਾਰੇ ਸੁਣਦੇ ਹੈ। ਬੰਦ ਬੁਲਬੁਲ ਦੇ ਹੱਥਾਂ ਵਿੱਚ, ਪੀਰ ਮੁਹੰਮਦ ਸਾਹਿਬ ਮਾੜੇ ਬੈਠੇ, ਬੰਦ ਬੁਲਬੁਲ ਦੇ ਹੱਥਾਂ ਵਿੱਚ ਬਾਜ਼ ਨਹੀਂ ਰਹਿੰਦੇ। ਜ਼ੁਲਮ ਦੀ ਨੀਂਦ 'ਤੇ ਟਿਕੇ ਕਦੇ ਰਾਜ ਨਹੀਂ ਰਹਿੰਦੇ। ਜਿਨ੍ਹਾਂ ਕੌਮਾਂ ਨੂੰ ਸਿਰ ਝੁਕਾ ਕੇ ਚੱਲਣ ਦੀ ਆਦਤ ਹੈ, ਉਹਨਾਂ ਕੌਮਾਂ ਦੇ ਸਿਰਾਂ 'ਤੇ ਕਦੇ ਤਾਜ ਨਹੀਂ ਰਹਿੰਦੇ। ਜੇ ਤਾਜ ਰੱਖਣਾ, ਸਿਰ ਉੱਚਾ ਕਰਕੇ ਤੁਰੋ। ਵਾਹਿਗੁਰੂ ਜੀ ਕਾ ਖਾਲਸਾ। ਦੱਸਦੇ ਕਿ ਇਸ ਸਮਾਗਮ ਸਫ਼ਰ ਏ ਅਕਾਲੀ ਲਹਿਰ ਵਿੱਚ ਬਹੁਤ ਸਾਰੇ ਉਹ ਅਕਾਲੀ ਆਗੂ ਸ਼ਾਮਿਲ ਹੋਏ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰ ਚੁੱਕੇ ਨੇ। ਇਹਨਾਂ ਵਿੱਚ ਅਕਾਲੀ ਦਲ ਦੇ ਟਕਸਾਲੀ ਆਗੂਆਂ ਸਣੇ ਢੀਂਡਸਾ ਪਰਿਵਾਰ ਵੀ ਸ਼ਾਮਿਲ ਹੈ, ਅਤੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ, ਮਨਜੀਤ ਸਿੰਘ ਜੀਕੇ ਅਤੇ ਸਰਨਾ ਪਰਿਵਾਰ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਅਤੇ ਇਹ ਸਮਾਗਮ ਬਾਦਲ ਪਰਿਵਾਰ ਦੀ ਇੱਟ ਨਾਲ ਇੱਟ ਖੜਕਾਉਣ ਲਈ ਵੀ ਰੱਖਿਆ ਗਿਆ ਦੱਸਿਆ ਜਾ ਰਿਹਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।